ਸਿੱਖਾਂ ਦੀ ਨਨਕਾਣੇ ਚ ਇੱਕ ਨਹੀਂ ਜੇ ਰਹਿਣ ਦੇਣਾ। ਅਗਰ ਇੱਕ ਵੀ ਜਾ ਗਿਆ ਸਿੱਖ ਤਾਂ ਫਿਰ ਜੀ ਸਿੱਧ ਨੂੰ ਆਖੀ ਰਾਜਾ ਮਨਸੂਰ। ਪਾਕਿਸਤਾਨ ਚ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਉੱਤੇ ਜੋ ਮੁਸਲਮਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਪੱਥਰਬਾਜ਼ੀ ਕੀਤੀ ਗਈ ਹੈ, ਸਿੱਖਾਂ ਨੂੰ ਸ਼ਰੇਆਮ ਧਮਕੀ ਦਿੱਤੀ ਗਈ ਹੈ, ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦਾ ਨਾਮ ਬਦਲਣ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਭੀੜ ਨੂੰ ਉਕਸਾਉਣ ਵਾਲੇ ਇਮਰਾਨ ਅਲੀ ਚਿਸ਼ਤੀ ਨੇ ਮੁਆਫ਼ੀ ਮੰਗ ਲਈ ਹੈ। ਜੀ ਹਾਂ, ਇਮਰਾਨ ਅਲੀ ਚਿਸ਼ਤੀ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖ ਆਗੂਆਂ ਦੇ ਵੱਲੋਂ ਉਹਨਾਂ ਨਾਲ ਗਲਤ ਸਲੂਕ ਕੀਤਾ ਗਿਆ, ਜਿਸ ਕਰਕੇ ਉਹਨਾਂ ਦੇ ਵੱਲੋਂ ਅਜਿਹਾ ਕੀਤਾ ਗਿਆ, ਪਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਸਦਾ ਕੋਈ ਵੀ ਮਕਸਦ ਨਹੀਂ ਸੀ। ਅਸਲਾਮੁ ਅਲੈਕੁਮ, ਮੈਂ ਇਮਰਾਨ ਅਲੀ ਚਿਸ਼ਤੀ ਨਨਕਾਣਾ ਸਾਹਿਬ ਸੇ। ਦੋਸਤੋ, ਜੈਸੇ ਆਪਨੇ ਕੱਲ ਕਾ ਵਾਕਿਆ ਦੇਖਾ, ਮੈਂ ਜਜ਼ਬਾਤ ਮੇਂ ਕਾਫੀ ਸਾਰੀ ਬਾਤੇਂ ਕਰ ਗਿਆ, ਜਿਸਮੇਂ ਸਿੱਖੋਂ ਕੇ ਬਾਰੇ ਵੀ ਕੀ ਔਰ ਗੁਰਦੁਆਰੇ ਕੇ ਬਾਰੇ ਵੀ ਕੀ। ਕਤਨ ਹਮਾਰਾ ਇਰਾਦਾ ਨਾ ਥਾ ਨਾ ਕੀਆ ਹੈ ਕਿ ਹਮ ਗੁਰਦੁਆਰੇ ਕਾ ਘਿਰਾਓ ਕਰਾਂਗੇ, ਪੱਥਰਬਾਜ਼ੀ ਕਰੇਂਗੇ, ਨਾ ਹਮਨੇ ਕੀਆ ਹੈ ਨਾ ਕਰੇਂਗੇ ਇਨਸ਼ਾਅੱਲਾ ਤਾਲਾ। ਔਰ ਜੈਸੇ ਮੈਂ ਜਜ਼ਬਾਤ ਮੇਂ ਕਾਫੀ ਸਾਰੀ ਬਾਤੇਂ ਕਰ ਗਿਆ ਸਿੱਖੋਂ ਕੇ ਬਾਰੇ, ਅਗਰ ਕਿਸੀ ਵੀ ਕੀ ਦਿਲ ਆਜ਼ਾਰੀ ਹੋਈ ਹੋ ਜਿਸ ਜਗ੍ਹਾ ਪੇ ਵੀ ਰਹਿਤਾ ਹੈ, ਤੋ ਮੈਂ ਮਾਜ਼ਰਤ ਕਰਤਾ ਹੂੰ। ਜੇ ਹਮਾਰੇ ਭਾਈ ਥੇ ਭਾਈ ਹੈ ਔਰ ਇਨਸ਼ਾਅੱਲਾ ਤਾਲਾ ਰਹੇਂਗੇ, ਔਰ ਜੈਸੇ ਹਮ ਪਹਿਲੇ ਇਨਕੀ ਇੱਜ਼ਤ ਕਰਤੇ ਥੇ ਵੈਸੇ ਹੀ ਕਰੇਂਗੇ ਇਨਸ਼ਾਅੱਲਾ ਤਾਲਾ, ਜੈਸੇ ਹਮ ਪਹਿਲੇ ਇਨਕੀ ਇਬਾਦਤ ਖਾਨੇ ਕੀ ਇੱਜ਼ਤ ਕਰਤੇ ਥੇ ਵੈਸੇ ਹੀ ਅਬ ਕਰੇਂਗੇ। ਅਗਰ ਕਿਸੀ ਕੋ ਮੇਰੇ ਇਸ ਜਜ਼ਬਾਤ ਮੇਂ ਜੋ ਮੈਨੇ ਬਿਆਨ ਦੀਆ ਥਾ, ਅਗਰ ਕਿਸੀ ਕੀ ਦਿਲ ਆਜ਼ਾਰੀ ਹੋਈ ਹੋ ਤੋ ਮੈਂ ਮਾਜ਼ਰਤ ਕਰਤਾ ਹੂੰ।